ਕੁਝ ਦਿਨ ਪਹਿਲਾਂ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ, ਦਰਸ਼ਨ ਸਿੰਘ ਵਾਸੀ ਟੈਂਕਰ, ਉਹਨਾਂ ਵੱਲੋਂ ਇੱਕ ਕੰਪਲੇਂਟ ਨੂੰ ਕੀਤੀ ਗਈ ਸੀ। ਕੋਈ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਕੇ ਉਹਨਾਂ ਨੂੰ ਕਾਲ ਹੋ ਰਹੀ ਸੀ, ਐਕਸਟ੍ਰਾਕਸ਼ਨ ਕਾਲ ਹੋ ਰਹੀ ਸੀ, ਜਿਹਦੇ ਵਿੱਚ 20 ਲੱਖ ਰੁਪਇਆ ਡਿਮਾਂਡ ਕੀਤਾ ਜਾ ਰਿਹਾ ਸੀਗਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਉਹਨਾਂ ਨੂੰ ਮਿਲ ਰਹੀਆਂ ਸੀ। ਤਾਂ ਉਸ ਕੰਪਲੇਂਟ ਦੇ ਬੇਸ 'ਤੇ ਅਸੀਂ ਇੱਕ FIR ਨੰਬਰ 157 ਰਜਿਸਟਰ ਕੀਤੀ ਸੀ ਅਤੇ ਇਹ ਮੁੱਦਾ ਕਾਫੀ ਹਾਈਲਾਈਟ ਹੋਇਆ ਸੀਗਾ ਮੀਡੀਆ ਐਂਡ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਵੀ ਕਾਫੀ ਡਿਸਕਸ ਹੋਇਆ ਸੀਗਾ ਅਤੇ ਆਫਟਰ ਗੈਟਿੰਗ ਦੈਟ ਕੰਪਲੇਂਟ ਅਸੀਂ ਵੱਖ ਵੱਖ ਟੀਮਾਂ ਗਠਿਤ ਕੀਤੀਆਂ ਸੀਗੀਆਂ, ASP ਇਨਵੈਸਟੀਗੇਸ਼ਨ ਐਂਡ ਇੰਚਾਰਜ CAA ਪਟਿਆਲਾ ਇਹਨਾਂ ਦੀ ਕਮਾਂਡ ਹੇਠ। ਇਹਨਾਂ ਟੀਮਸ ਨੇ ਵੱਖ ਵੱਖ ਐਂਗਲਸ ਤੋਂ ਜਿਹੜੀ ਇਨਵੈਸਟੀਗੇਸ਼ਨ ਅਮਲ 'ਚ ਲਿਆਂਦੀ, ਟੈਕਨੀਕਲੀ ਫੀਲਡ ਇਨਵੈਸਟੀਗੇਸ਼ਨ, ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਅਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਮਰਜ ਹੋਇਆ, ਇਹਦੇ 'ਚ ਦੋ ਬੰਦਿਆਂ ਦੇ ਨਾਮ ਮਰਜ ਹੋਏ, ਸਰਨਜੀਤ ਸਿੰਘ ਸੈਣੀ ਅਤੇ ਇੱਕ ਰੋਹਿਤ ਰਾਵਤ। ਤੋ ਇਹ ਦੋ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜੋ ਸਰਨਪ੍ਰੀਤ ਹੈ ਇਹ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਹੈ। ਰੋਹਿਤ ਐਂਡ ਸਰਨਪ੍ਰੀਤ ਆਪਸ 'ਚ ਕਾਫੀ ਗੂੜੇ ਫਰੈਂਡ ਨੇ, 11-12 ਸਾਲ ਤੋਂ ਇਹਨਾਂ ਦੀ ਫਰੈਂਡਸ਼ਿਪ ਹੈ ਅਤੇ ਇਹ ਦੋਨੋਂ ਵਿਅਕਤੀ ਗੈਂਗਸਟਰ ਸੰਬੰਧੀ ਜਿਹੜੇ ਨਿਊਜ਼ ਨੇ ਜਾਂ ਉਹਨਾਂ ਦੀਆਂ ਅਪਰਾਧਿਕ ਗਤੀਵਿਧੀਆਂ ਹੈਗੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲਾਲਚ ਵਿੱਚ ਆ ਕੇ ਈਜ਼ੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਇਹ ਵਾਰਦਾਤ ਪਲੈਨ ਕੀਤੀ ਜੋ ਕਿ ਦਰਸ਼ਨ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਫੋਰਚੂਨਰ ਕਾਰ ਜਿਹੜੀ ਪਰਚੇਜ਼ ਕੀਤੀ ਸੀ ਉਹ ਇਹਨਾਂ ਨੂੰ ਲੱਗਿਆ ਸਰਨਪ੍ਰੀਤ ਸੈਣੀ ਨੂੰ ਕਿ ਇਹ ਤੋਂ ਪੈਸਾ ਅਸੀਂ ਕਾਲ ਕਰਕੇ ਜਾਂ ਅਪਰਾਧਿਕ ਕੋਈ ਪਲੈਨ ਕਰਕੇ ਅਸੀਂ ਇਹ ਤੋਂ ਪੈਸਾ ਕਢਵਾ ਸਕਦੇ ਹਾਂ। ਤਾਂ ਉਸਦੇ ਚੱਲਦੇ ਦੋਨਾਂ ਨੇ ਪਲੈਨ ਕੀਤਾ। ਬੜੇ ਸ਼ਾਤਰ ਕਿਸਮ ਦੇ ਵਿਅਕਤੀ ਸੀ ਇਹ, ਹਰਿਆਣੇ ਦੇ ਵਿੱਚ ਗਏ ਹੈਗੇ ਆ, ਹਰਿਆਣੇ ਦੇ ਵਿੱਚ ਉਹ ਹਿਸਾਰ ਕੋਲ ਰੇਲਵੇ ਸਟੇਸ਼ਨ ਤੋਂ ਇਹਨਾਂ ਨੇ ਇੱਕ ਮੋਬਾਈਲ ਚੋਰੀ ਕੀਤਾ, ਉਸ ਤੋਂ ਕਾਲਸ ਕੀਤੀਆਂ ਐਕਸਟ੍ਰਾਕਸ਼ਨ ਦੀਆਂ 13 ਸਤੰਬਰ ਨੂੰ ਕਾਲਸ ਜਿਹੜੀਆਂ ਹੋਈਆਂ ਹੈਗੀਆਂ ਦਰਸ਼ਨ ਦੇ ਮੋਬਾਈਲ 'ਤੇ ਅਤੇ ਆਫਟਰ ਦੈਟ ਇਹਨਾਂ ਨੇ ਮੋਬਾਈਲ ਫੋਨ ਵੀ ਡਿਸਟਰੋਏ ਕਰ ਦਿੱਤਾ ਅਤੇ ਨਾਲ ਹੀ ਇਹਨਾਂ ਨੇ ਜੁਰਮ ਨੂੰ ਲੁਕਾਉਣ ਵਾਸਤੇ ਇਹ ਵੀ ਪ੍ਰਯਾਸ ਕੀਤਾ ਕਿ ਜਿਹੜੀ ਕਾਲ ਹੈ ਉਹ ਰੋਹਿਤ ਵੱਲੋਂ ਕੀਤੀ ਜਾਵੇ ਤਾਂ ਜੋ ਸਰਨਪ੍ਰੀਤ ਦੀ ਜਿਹੜੀ ਆਵਾਜ਼ ਹੈ ਉਹ ਦਰਸ਼ਨ ਪਹਿਚਾਣ ਨਾ ਜਾਵੇ, ਕਿਉਂਕਿ ਰੋਹਿਤ ਨੂੰ ਕਦੇ ਦਰਸ਼ਨ ਸਿੰਘ ਨੂੰ ਨਹੀਂ ਮਿਲਿਆ ਸੀਗਾ ਪਰ ਸਰਨਪ੍ਰੀਤ ਦਾ ਰਿਸ਼ਤੇਦਾਰ ਸੀ। ਬਟ ਸਾਡੀ ਟੀਮ ਨੇ ਬੜਾ ਪ੍ਰੋਫੈਸ਼ਨਲੀ ਇਹਦੇ 'ਚ ਇਨਵੈਸਟੀਗੇਟ ਕੀਤਾ, ਥੋਰੋਲੀ ਇਹਨੂੰ ਕੇਸ ਨੂੰ ਜਦੋਂ ਇਨਵੈਸਟੀਗੇਟ ਕੀਤਾ ਗਿਆ ਤਾਂ ਇਹਨਾਂ ਦੇ ਰੋਲ ਜਿਹੜੇ ਹੈਗੇ ਆ ਉਹ ਸਾਡੇ ਔਨ ਰਿਕਾਰਡ ਸਾਨੂੰ ਅਸੀਂ ਇਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋਏ ਅਤੇ ਆਫਟਰ ਦੈਟ ਇਹਨਾਂ ਦੀ ਅਰੈਸਟ ਪਾਈ ਅਤੇ ਇਹਨਾਂ ਦੀ 28 ਤਰੀਕ ਨੂੰ ਅਸੀਂ ਅਰੈਸਟ ਪਾਈ ਹੈ। ਹੁਣ ਸਾਡੇ ਕੋਲ ਪੁਲਿਸ ਰਿਮਾਂਡ 'ਤੇ ਹੈ, ਇਹ ਕਿਸੇ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਰਹੇ ਸੀਗੇ, ਉਹ ਅਸੀਂ ਪਤਾ ਕਰ ਰਹੇ ਹਾਂ ਕਿ ਉਹ ਜਸਟ ਨਾਮ ਹੀ ਲੈ ਰਹੇ ਸੀ ਜਾਂ ਉਹਨਾਂ 'ਚ ਇਹਦਾ ਕੋਈ ਸੰਬੰਧ ਹੈਗਾ ਜਾਂ ਉਹਨੂੰ ਵੀ ਇਹਨਾਂ ਵਿੱਚ ਇਨਵੋਲਵ ਇਹਨਾਂ ਵੱਲੋਂ ਕੀਤਾ ਗਿਆ ਸੀਗਾ। ਤਾਂ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਐਕਟ ਕਰਦੇ ਹੋਏ ਸਾਡੀ ਟੀਮ ਨੇ ਇਹ ਵੱਡੀ ਸਫਲਤਾ ਲਈ ਹਾਸਲ। ਪਹਿਲਾਂ ਵੀ ਕੋਈ ਮਾਮਲਾ ਦਰਜ ਹੈ? ਨਹੀਂ, ਪਹਿਲਾਂ ਇਹਨਾਂ ਦੇ ਖਿਲਾਫ ਕੋਈ ਮਾਮਲਾ ਨਹੀਂ। ਸਰ, ਹਰਿਆਣਾ ਬੇਸਡ ਗੈਂਗਸਟਰ ਕਿਹੜਾ ਹੈ ਜੀ? ਕਪਿਲ ਲੰਗੂ ਨਾਮ ਦਾ ਕੋਈ ਗੈਂਗਸਟਰ ਹੈ ਜੋ ਹਰਿਆਣਾ ਦੇ ਵਿੱਚ ਐਕਟਿਵ ਹੈ, ਹਰਿਆਣਾ 'ਚ ਉਹਦੇ ਖਿਲਾਫ ਅਪਰਾਧਿਕ ਮਾਮਲੇ ਹੈਗੇ ਆ। ਤਾਂ ਉਹ ਸਰਨਪ੍ਰੀਤ ਸੰਨੇ ਹੀ ਬੇਸਿਕਲੀ ਇਹ ਜਿਹੜਾ ਨਾਮ ਲਿਆ ਸੀਗਾ ਉਹਦੇ ਲਈ ਇਹ ਪਲੈਨ ਸੀ। ਫਿਰੌਤੀ ਕਿੰਨੀ ਮੰਗੀ ਗਈ ਸੀ ਸਰ? 20 ਲੱਖ ਦੀ ਟੋਟਲ ਇਹਨਾਂ ਨੇ ਫਿਰੌਤੀ ਮੰਗ ਲਈ। ਜਿਸ ਤੋਂ ਫਿਰੌਤੀ ਮੰਗੀ ਉਹਦੀ ਪ੍ਰੋਫਾਈਲ ਕੀ ਹੈ ਜੀ? ਕਿਹਨੇ ਲਗਾਏ ਮੰਗੀ ਗਈ? ਇਹ ਦਰਸ਼ਨ ਨਾਮ ਦਾ ਵਿਅਕਤੀ ਹੈ ਜੀ, ਇਹ ਬੇਸਿਕਲੀ ਢੈਂਠਲ ਵਿਲੇਜ ਦਾ ਰਹਿਣ ਵਾਲਾ ਹੈ ਅਤੇ ਅੱਜ ਕੱਲ੍ਹ ਇਹ ਪੰਜਾਬ ਜਿਹੜੀ ਵਰਕਰਸ ਯੂਨੀਅਨ ਟੋਲ ਪਲਾਜ਼ਾ ਲੀਗ ਬਣੀ ਹੋਈ ਉਹਦਾ ਪ੍ਰੈਜ਼ੀਡੈਂਟ ਹੈ। ਸਰ, ਕੀ ਕੁਛ ਰਿਕਵਰ ਹੋਇਆ ਸੀ? ਹਾਲੇ ਤੱਕ ਇਹਨਾਂ ਨੂੰ ਅਰੈਸਟ ਕੀਤਾ ਗਿਆ, ਅਸੀਂ ਇਹਨੂੰ ਥੋਰੋਲੀ ਇਨਵੈਸਟੀਗੇਟ ਕਰ ਰਹੇ ਹਾਂ। ਜਿਹੜੇ ਮੋਬਾਈਲ ਫੋਨ ਵਗੈਰਾ ਇਹਨਾਂ ਨੇ ਯੂਜ਼ ਕੀਤੇ
ਸਕਦੇ ਸੀ ਜਾਂ ਕੋਈ ਇਹਨਾਂ ਦੇ ਲਿੰਕ ਜਿਹੜੇ ਗੈਂਗਸਟਰ ਦਾ ਇਹ ਨਾਮ ਲੈ ਰਹੇ ਸੀਗੇ ਉਹ ਅਸੀਂ ਉਸ ਸੰਬੰਧੀ ਇੰਟਰੋਗੇਸ਼ਨ ਕਰ ਰਹੇ ਹਾਂ ਅਤੇ ਜੇ ਇਨਵੈਸਟੀਗੇਸ਼ਨ ਸ਼ਾਇਦ ਪ੍ਰਾਪਤੀ ਕਰ ਰਹੇ ਕੋਈ ਜੇਲ੍ਹ ਵਗੈਰਾ ਦਾ ਵੀ ਲਿੰਕ ਨੋਟ ਯੈਟ ਬੜਾ ਰੀਜ਼ਨ ਕੀ ਆ ਸਮਝ ਨਹੀਂ ਰਹੀ ਇੱਕ ਬੰਦਾ ਨਹੀਂ ਰਹੀ ਇਹ ਤਾਂ ਹੁਣ ਡਿਪੈਂਡ ਕਰਦਾ ਸੀ ਫੋਰਚੂਨਰ ਲੈ ਆ ਜੀ ਮੈਂ ਕਹਿਣਾ ਅਪਰਾਧਿਕ ਜਿਹੜੀਆਂ ਨਿਊਜ਼ ਨੇ ਜਾਂ ਅਪਰਾਧਿਕ ਜਿਹੜੇ ਗੈਂਗਸਟਰ ਨੇ ਉਹਨਾਂ ਦੀਆਂ ਗਤੀਵਿਧੀਆਂ ਐਕਸਟ੍ਰੈਕਸ਼ਨ ਕਾਲਾਂ ਦੀਆਂ ਨਿਊਜ਼ ਵਗੈਰਾ ਉਹਨਾਂ ਤੋਂ ਵੀ ਪ੍ਰਭਾਵਿਤ ਹੋਏ ਇਹਨਾਂ ਨੇ ਪਲਾਨ ਕੀਤਾ ਕਿ ਅਸੀਂ ਵੀ ਕੋਈ ਗਲਤ ਜਿਹੜਾ ਰਸਤਾ ਜਾਂ ਲਾਲਚ ਵਸ ਆ ਕੇ ਇਹਨਾਂ ਨੇ ਗਲਤ ਰਸਤਾ ਅਖਤਿਆਰ ਕੀਤਾ ਅਤੇ ਉਸੇ ਚੱਲਦੇ ਇਹਨਾਂ ਨੇ ਇੱਕ ਈਜ਼ੀ ਟਾਰਗੇਟ ਚੂਜ਼ ਕਰ ਲਿਆ ਕਿ ਇਹ ਬੰਦਾ ਹੈਗਾ ਜਿਹਦੇ ਤੋਂ ਸਾਨੂੰ ਅਸੀਂ ਡਰਾ ਕੇ ਪੈਸੇ ਲੈ ਸਕਦੇ ਹਾਂ ਰਿਸ਼ਤੇਦਾਰ ਸੀ ਜਾਣਦੇ ਸੀ ਤਾਂ ਉਸ ਵਜ੍ਹਾ ਕਰਕੇ ਇਹਨਾਂ ਨੇ ਪਲਾਨ ਕੀਤਾ ਇਹ ਜਿਹੜੀ ਕਾਲਿੰਗਸ ਇਹਨਾਂ 'ਚ ਹੋਈਆਂ ਵਟਸਐਪ ਕਾਲਿੰਗਸ ਰਹੀਆਂ ਇਹਨਾਂ ਦੇ ਇਹ ਕੁਛ ਵਟਸਐਪ ਕਾਲਸ ਨੇ ਤਾਂ ਕੁਛ ਨੋਰਮਲ ਕਾਲਸ ਵੀ ਹੋਈਆਂ ਤਾਂ ਅਲੱਗ ਅਲੱਗ ਨੰਬਰ ਇਹਨਾਂ ਨੇ ਬੇਸਿਕਲੀ ਇੱਥੇ ਕਰਾਏ ਸਰ ਇਸ ਚੀਜ਼ ਲੈ ਕੇ ਟ੍ਰੇਨ ਸੀਗੇ ਕਿੰਨੇ ਕੁ ਪੜ੍ਹੇ ਲਿਖੇ ਸੀ ਕੀ ਉਮਰ ਸੀਗੀ ਅਰਾਊਂਡ 30 ਦੇ ਕਰੀਬ ਹੈ ਇਹਨਾਂ ਦੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ ਜੋ ਸਨਪ੍ਰੀਤ ਹੈ ਉਹ ਪਲੰਬਰ ਦਾ ਕੰਮ ਕਰਦਾ ਹੈ ਉਹਨਾਂ ਅਰਾਊਂਡ 29 ਸਾਲ ਦਾ ਹੈ ਏਜ ਹੈਗਾ 10 ਪੜ੍ਹਿਆ ਹੋਇਆ ਜੋ ਰੋਹਿਤ ਹੈ ਉਹ ਪਲੱਸ 2 ਪਾਸ ਹੈ ਅਤੇ ਉਹ ਮਾਰਕੀਟਿੰਗ ਦਾ ਕੰਮ ਕਰਦਾ ਕਿਸੇ ਕੰਪਨੀ ਦੇ ਵਿੱਚ ਉਹਦੇ ਕਰਕੇ ਇਹ ਇਹਨਾਂ ਦਾ ਆਪਸ 'ਚ ਲੈਣ ਦੇਣ ਸੀਗਾ ਆਉਣਾ ਜਾਣਾ ਸੀਗਾ ਬੇਸਿਕਲੀ ਜੋ ਸਨਪ੍ਰੀਤ ਉਹ ਅਮਨਗੜ੍ਹ ਦਾ ਰਹਿਣ ਵਾਲਾ ਰੋਹਿਤ ਲਹਿਰੇ ਦਾ ਰਹਿਣ ਵਾਲਾ ਪਰ ਆਪਸ 'ਚ ਮਿਲਦੇ ਜੁਲਦੇ ਸੀਗੇ ਦੋਸਤ ਸੀਗੇ ਤਾਂ ਕਰਕੇ ਇਹਨਾਂ ਨੇ ਇਕੱਠੇ ਇਹ ਵਾਰ ਇਹ ਦੋ ਹੀ ਸੀਗੇ ਉਸ ਦੇ ਪਿੱਛੇ ਹੋਰ ਵੀ ਕੋਈ ਹਾਲੇ ਤੱਕ ਦੋਵਾਂ ਦਾ ਰੋਲ ਹੀ ਸਾਹਮਣੇ ਆਇਆ ਤੀਜਾ ਜਿਹੜਾ ਇਹਨਾਂ ਨੇ ਨਾਮ ਲਿਆ ਸੀ ਕਿਸੇ ਗੈਂਗਸਟਰ ਦਾ ਉਹਦੇ ਸੰਬੰਧ 'ਚ ਹਾਲੇ ਤੱਕ ਸਾਡੇ ਕੋਲ ਇਨਵੈਸਟੀਗੇਸ਼ਨ ਨਹੀਂ ਸਾਹਮਣੇ ਆਇਆ ਬਟ ਅਸੀਂ ਚੈੱਕ ਕਰਾਂਗੇ ਕਿ ਉਹਦੇ ਨਾਲ ਇਹਨਾਂ ਦਾ ਕੋਈ ਲਿੰਕ ਸੀਗਾ ਜਾਂ ਜਸਟ ਉਹਦਾ ਨਾਮ ਯੂਜ਼ ਕਰਕੇ ਇਹ ਪਲਾਨ ਕਰ ਰਹੇ ਸੀ